ਦੀ ਗੱਲ ਹੈ ਸੀ ਆਈ ਫਿਰੋਜ਼ਪੁਰ ਅਤੇ ਐਸ ਐਸ ਓ ਸੀ ਫਾਜ਼ਿਲਕਾ ਦੇ ਕੋਲ ਸਾਡੇ ਇੱਕ ਸੀਕਰਟ ਇਨਫੋਰਮੇਸ਼ਨ ਸੀ ਵੀ ਕੁਝ ਬੰਦੇ ਇੱਧਰ ਮਤਲਬ ਕੰਸਾਈਨਮੈਂਟ ਲੈ ਕੇ ਕੁਝ ਸਪਲਾਈ ਕਰਨਗੇ ਮਾਲ ਅਤੇ ਅਸੀਂ ਉਸ ਸੰਬੰਧ ਦੇ ਵਿੱਚ ਮਤਲਬ ਸਾਡੀ ਜਿਹੜੀ ਪੁਲਿਸ ਪਾਰਟੀ ਸੀ ਚੱਕ ਮੇਗਾ ਵਰਾਨ ਏਰੀਆ ਹੈਗਾ ਅਤੇ ਟੀ ਪੁਆਇੰਟ ਮਾੜੇ ਕੇ ਕਲਾਂ ਥਾਣਾ ਗੁਰੂ ਹਰ ਸਾਹਿਬ ਦੇ ਵਿੱਚ ਉੱਥੇ ਜਿਹੜੀ ਇੱਕ ਸਵਿਫਟ ਗੱਡੀ ਨੂੰ ਅਸੀਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਅਤੇ ਸਾਡੇ ਮੁਲਾਜ਼ਮਾਂ ਨੇ ਉਹਨਾਂ ਨੇ ਗੱਡੀਆਂ ਲਾ ਕੇ ਉਹਨੂੰ ਰੋਕਿਆ ਅਤੇ ਉਹਦੇ ਵਿੱਚੋਂ ਤਿੰਨ ਬੰਦੇ ਸੀ ਦੋ ਤਾਂ ਹਰਜਿੰਦਰ ਸਿੰਘ ਨਾਮ ਦੇ ਬੰਦੇ ਹੈ ਇੱਕ ਲਖਵੀਰ ਸਿੰਘ ਅਤੇ ਇੱਕ ਬੰਦਾ ਜਿਹੜਾ ਕਿ ਹਰਜਿੰਦਰ ਸਿੰਘ ਵਾਸੀ ਗੰਧੂ ਕਿਲਚਾ ਉਹਨੇ ਸਾਡੇ ਇੱਕ ਇੰਪਲਾਈ ਕਾਂਸਟੇਬਲ ਅਮਰਦੀਪ ਸਿੰਘ ਦੇ ਸੱਟ ਵੀ ਮਾਰੀ ਹੈ ਉਹਨਾਂ ਦੀ ਜਦੋਂ ਅਸੀਂ ਤਾਂ ਉਹ ਬੰਦਾ ਭੱਜਣ ਵਿੱਚ ਕਾਮਯਾਬ ਵੀ ਹੋ ਗਿਆ ਦੋ ਬੰਦਿਆਂ ਨੂੰ ਅਸੀਂ ਅਰੈਸਟ ਕੀਤਾ ਉਹਨਾਂ ਕੋਲੋਂ 1 ਕਿਲੋ ਹੀਰੋਇਨ ਬਰਾਮਦ ਕੀਤੀ ਗਈ ਹੈ ਉਹ 4 ਪੈਕਟ 250-250 ਗ੍ਰਾਮ ਦੇ ਬਰਾਮਦ ਕੀਤੇ ਹੈ ਅਤੇ ਹੋਰ ਉਹਨਾਂ ਕੋਲੋਂ ਪੁੱਛਗਿੱਛ ਚੱਲ ਰਹੀ ਹੈ ਉਮੀਦ ਆ ਵੀ ਹੋਰ ਵੀ ਰਿਕਵਰੀ ਹੋਏਗੀ ਇਸ ਸੰਬੰਧ ਦੇ ਵਿੱਚ ਜਿਹੜੀ ਐੱਫ ਆਈ ਆਰ ਨੰਬਰ 3 ਡੇਟਡ 11/6/19 ਅੰਡਰ ਸੈਕਸ਼ਨ 21-23 NDPS ਐਕਟ ਅਤੇ ਹੋਰ ਵੀ ਧਾਰਾ ਜਿਹੜੀਆਂ ਆਈ ਪੀ ਸੀ 307 353 332 333 186 ਆਈ ਪੀ ਸੀ ਇਹ ਪਰਚਾ ਸੀ ਐਸ ਐਸ ਓ ਸੀ ਫਾਜ਼ਿਲਕਾ ਵਿਖੇ ਦਰਜ ਕੀਤਾ ਸਰ ਨਰਜਿੰਦਰ ਸਿੰਘ ਜਿਹੜਾ ਇੱਕ ਸਿੰਗਰ ਵੀ ਦੱਸਿਆ ਜਾ ਰਿਹਾ ਕਿਸ ਤਰ੍ਹਾਂ ਮਤਲਬ ਕਿ ਇਸ ਕੰਮ ਨੂੰ ਅੰਜਾਮ ਦਿੰਦੇ ਸੀ ਅਤੇ ਕਿਸ ਤਰ੍ਹਾਂ ਇਹ ਬੰਦੇ ਜਿਹੜਾ ਹੁਣ ਅਸੀਂ ਪੁੱਛਗਿੱਛ ਕਰੀ ਕੀਤੀ ਜਿਹੜੀ ਹੁਣ ਤੱਕ ਦੀ ਜਿਹੜੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਵੀ ਇਹ ਬੀ ਓ ਪੀ ਡੀ ਟੀ ਮੱਲ ਉੱਧਰ ਹਰਜਿੰਦਰ ਸਿੰਘ ਜਿਹੜਾ ਭੱਜ ਗਿਆ ਇਹਨਾਂ ਦੀ ਪਹਿਲੀ ਹੈ ਉੱਧਰ ਉਹ ਟਰੈਕਟਰ ਦੀ ਜਿਹੜਾ ਗੇਅਰ ਬਾਕਸ ਹੈ ਉਹਦੇ ਵਿੱਚ ਕੈਵਿਟੀ ਬਣਾਈ ਹੋਈ ਹੈ ਉਹਦੇ ਵਿੱਚ ਉਹ ਜਿਹੜੇ ਲੁਕੋ ਕੇ ਲਿਆਏ ਸੀ ਪੈਕਟ ਇਹਦਾ ਹੋਰ ਵੀ ਮਾਮਲੇ ਦਰਜ ਨੇ ਸਰ ਜੀ ਉਹ ਅਸੀਂ ਸਾਰੇ ਹੀ ਹਾਲੇ ਤੱਕ ਸ਼ਾਮ ਨੂੰ ਰਿਕਵਰੀ ਹੋਈ ਹੈ ਰਾਤ ਦੇ ਟਾਈਮ 'ਤੇ ਅਤੇ ਉਹ ਪੁੱਛਗਿੱਛ ਚੱਲ ਰਹੀ ਹੈ ਇਹ ਕੋਸ਼ਿਸ਼ ਬੜੀ ਵਾਰੀ ਕਰਦੇ ਰਹੇ ਆ ਵੀ ਬਾਰਡਰ ਤੋਂ ਇਹ ਜਾਂ ਤਾਂ ਥਰੋ ਕਰਾਉਂਦੇ ਆ ਜਾਂ ਉੱਧਰ ਲੁਕਾਚ ਪਾ ਕੇ ਰੱਖ ਕੇ ਫਿਰ ਉਹਨੂੰ ਕ੍ਰੋਸ ਕਰਦੇ ਆ ਸਰ ਕਿਤੇ ਨਾ ਕਿਤੇ ਬੀ ਐੱਸ ਐੱਫ ਦਾ ਵੀ